ਦੁੱਧ ਕਿੰਨਾ ਬੱਕਰੀ ਥੱਲੇ ਇੱਕ ਵੱਡੀ ਬੱਕਰੀ ਛੱਡਦੇ ਤਾਂ ਹੈਗਾ 3 ਲੀਟਰ 3 ਲੀਟਰ ਦੋਨੇ ਡੰਗਾ ਦਾ ਨਾ ਇੱਕ ਡੰਗ ਦਾ 1 ਡੰਗ ਦਾ 3 ਲੀਟਰ ਵੱਡੀ ਬੱਕਰੀ ਆ ਤਾਂ ਉਹਦੇ ਸਦਾ ਨੀਚ ਬਾਲੀ ਆ ਅੱਛਾ ਆਪ ਹੀ ਸਾਉਂਦੇ ਬੱਬੇ ਹੋਰ ਕੌਣ ਸਾਉਂਦਾ ਠੀਕ ਆਪ ਹੀ ਛੋਟੀ ਲਈ ਫਿਰਦੀ ਆ ਮਗਰ ਆਪ ਵੀ ਠੀਕ ਠੀਕ ਆ ਕਿੰਨਾ ਟਾਈਮ ਹੋ ਗਿਆ ਬੱਬੇ ਰੱਖਦੇ ਨੂੰ ਬੱਕਰੀਆਂ ਭਾਈ ਪਹਿਲਾਂ ਦਾ ਸੀ ਰੱਖਦੇ ਸੀ ਕਿ ਉਹ 2-3 ਸਾਲ ਦੇ ਮੈਂ ਵੇਚਤੇ ਸੀ ਵੇਚਤੇ ਸੀ ਫਿਰ ਦੁਬਾਰੇ ਫਿਰ ਪਹਿਲਾਂ ਲੱਗਿਆ ਸੀ 9000 ਦੋਨਾਂ ਦੇ 45-45 ਸੌ ਰੁਪਏ ਲੱਗ ਗਿਆ ਹਾਂ ਕਣਕ ਕੱਲਾ ਵੀ ਪਾਉਨੇ ਆ ਦਾਣਾ ਦਵਾਣਾ ਵੀ ਦੜਾ ਕੇ ਪਾਉਨੇ ਆ ਠੀਕ ਆ ਸ਼ੱਕਰ ਵੀ ਪਾਉਨੇ ਆ ਘੋਲ ਘੋਲ ਕੇ ਠੀਕ ਆ ਫਿਰ ਜੀ ਦੁੱਧ ਦੇਣਗੀਆਂ ਸਹੀ ਗੱਲ ਆ ਮਤਲਬ ਔਖਾ ਤਾਂ ਨਹੀਂ ਹੁੰਦਾ ਕੋਈ ਸਾਹਮਣਾ ਬਾਹਰ ਅੰਦਰ ਕੋਈ ਔਖਾ ਨਹੀਂ ਫਿਰ ਆਪਾਂ ਖਾਣਾ ਵੀ ਔਖਾ ਖਾਣਾ ਵੀ ਔਖਾ ਤੇ ਮਾਤਾ ਖੜੀ ਆ ਮਾਤਾ ਨਾਲ ਗੱਲ ਕਰਦੇ ਆ ਆਜਾ ਆਇਆ ਬੱਬੂ ਮਾਤਾ ਸਤਿ ਸ੍ਰੀ ਅਕਾਲ ਮਾਤਾ ਸਤਿ ਸ੍ਰੀ ਅਕਾਲ ਠੀਕ ਆ ਮਾਤਾ ਕਿੱਥੋਂ ਆਏ ਹੋ ਇੱਥੋਂ ਹੀ ਆ ਬੰਦੇਰਾ ਤੋਂ ਹੀ ਆ ਬੰਦੇਰਾ ਤੋਂ ਆਏ ਠੀਕ ਆ ਜੀ ਕੀ ਲੈ ਕੇ ਆਏ ਹੋ ਇਹ ਬੱਕਰੇ ਬੱਕਰੇ ਨੇ ਦੋਨੇ ਕਿੰਨੇ ਕਿੰਨੇ ਮਹੀਨੇ ਦੇ ਹੋ ਗਏ ਇਹ ਹੋ ਗਏ 5-5 ਮਹੀਨੇ ਦੇ ਬਈ 5-5 ਮਹੀਨੇ ਦੇ ਹੋ ਗਏ ਬੱਕਰੇ ਦਿਖਾ ਦੇ ਥੱਲੇ ਬਈ ਦੇਖ ਸਕਦੇ ਹੋ ਨਾ 5-5 ਮਹੀਨੇ ਦੇ ਹੋ ਗਏ ਕਿੰਨੇ ਦੇ ਵੇਚਣੇ ਬੇਬੇ ਇਹ 14.5 ਦੇ ਲੈ ਵੀ 14.5 ਹਜ਼ਾਰ ਦੇ ਕਹਿ ਰਹੀ ਆ ਬੇਬੇ ਵੀ 14.5 ਹਜ਼ਾਰ ਦੇ ਵੇਚਣੇ ਨੇ ਲੱਗਿਆ ਮੁੱਲ ਬੇਬੇ ਕੋਈ ਪਹਿਲਾਂ ਲੱਗਿਆ ਸੀ 9000 ਦੋਨਾਂ ਦੇ 45-45 ਸੌ ਰੁਪਏ ਲੱਗ ਗਿਆ ਸੀਗਾ ਠੀਕ ਆ ਕਿੰਨੇ ਤੱਕ ਛੱਡ ਦੋਗੇ ਛੱਡ ਦਾਂਗੇ 12 ਚ ਠੀਕ ਆ ਤੁਸੀਂ ਦੱਸੋ ਨਾ ਕੋਈ ਗੱਲ ਨਹੀਂ ਬੇਬੇ ਘਰੇ ਕਿੰਨੇ ਕੁ ਰੱਖੇ ਹੋਏ ਨੇ ਬਾਹਰ ਚਾਰਦੇ ਹੁੰਦੇ ਹੋ ਬੱਚੇ ਹੈ ਨੀ ਗੇ ਕਰਨਾ ਪੈਂਦਾ ਜੇ ਇਧਰ ਹੀ ਹੋ ਗਏ ਸਾਰੇ ਫਿਰ ਖਾਵਾਂਗੇ ਕਿੱਥੋਂ ਠੀਕ ਆ ਕਿੰਨਾ ਟਾਈਮ ਹੋ ਗਿਆ ਰੱਖਦੇ ਨੂੰ ਬੱਕਰੀਆਂ ਭਾਈ ਪਹਿਲਾਂ ਤਾਂ ਅਸੀਂ ਰੱਖਦੇ ਸੀਗੇ ਹੁਣ 2-3 ਸਾਲ ਦੇ ਮੈਂ ਵੇਚਤੇ ਸੀ ਵੇਚਤੇ ਫਿਰ ਫਿਰ ਦੁਬਾਰੇ ਫਿਰ ਠੀਕ ਆ ਦੁਬਾਰੇ ਕਿਵੇਂ ਫਿਰ ਰੱਖੀਆਂ ਕਿਵੇਂ ਰੱਖੀਆਂ ਦੁੱਧ ਬਾਅਦ ਨੂੰ ਰੱਖੀਆਂ ਦੁੱਧ ਬਾਅਦ ਨੂੰ ਮੱਝਾਂ ਰੱਖੀ ਵੀ ਨੇ ਇੱਕ ਕੱਲੇ ਬੱਕਰੀ ਮੱਝਾਂ ਨਹੀਂ ਹੁਣ ਮੈਂ ਤੋਂ ਪਾਲਦੇ ਪਹਿਲਾਂ ਅਸੀਂ ਰੱਖਦੇ ਠੀਕ ਆ ਹੁਣ ਤਾਂ ਬੱਕਰੀਆਂ ਰੱਖਦੇ ਬੱਕਰੀਆਂ ਸੌਖੀ ਪਾਲ ਜਾਂਦੀਆਂ ਹਨਾ ਖਰਾਕ ਖਰੂਕ ਘੱਟ ਹੁੰਦੀ ਹੈਗੀ ਹਨਾ ਹੋਰ ਹਾਂ ਕਣਕ ਕੱਲਾ ਵੀ ਪਾਉਨੇ ਆ ਦਾਣਾ ਦਵਾਣਾ ਵੀ ਦੜਾ ਕੇ ਪਾਉਨੇ ਆ ਠੀਕ ਆ ਸ਼ੱਕਰ ਵੀ ਪਾਉਨੇ ਆ ਘੋਲ ਘੋਲ ਕੇ ਠੀਕ ਆ ਫਿਰ ਜੀ ਦੁੱਧ ਦੇਣਗੀਆਂ ਸਹੀ ਗੱਲ ਆ ਮਤਲਬ ਦੁੱਧ ਕਿੰਨਾ ਬੱਕਰੀ ਥੱਲੇ ਇੱਕ ਵੱਡੀ ਬੱਕਰੀ ਛੱਡਦੇ ਤਾਂ ਹੈਗਾ 3 ਲੀਟਰ 3 ਲੀਟਰ ਦੋਨੇ ਡੰਗਾ ਦਾ ਨਾ ਇੱਕ ਡੰਗ ਦਾ 1 ਡੰਗ ਦਾ 3 ਲੀਟਰ ਵੱਡੀ ਬੱਕਰੀ ਆ ਤਾਂ ਉਹਦੇ ਸਦਾ ਨੀਚ ਬਾਲੀ ਆ ਅੱਛਾ ਠੀਕ ਆ 6 ਲੀਟਰ ਦੁੱਧ ਦਾ ਹੈਗਾ ਮੱਝ ਆ ਫਿਰ ਤਾਂ ਬੱਕਰੀ ਤਾਂ ਕਿਹੜੀ ਆ ਬੇਬੇ ਉਹ ਵੇਚਦੀ ਵੀ ਨਹੀਂ ਉਹ ਤਾਂ ਸਾਡੇ ਰਾਣੀ ਆ ਅੱਛਾ ਠੀਕ ਆ 6 ਲੀਟਰ ਦੁੱਧ ਆ ਬੇਬੇ ਹਾਂ ਜਿਹੜੀ ਛੋਟੀ ਉਹਦੀ ਪੱਠਾ ਦੀ ਬੱਕਰੀ ਹਾਂ ਉਹ ਹੁਣ ਤੀਜੇ ਸੂਏ ਆ ਤੀਜੇ ਸੂਏ ਉਹਨੇ ਸਾਡੇ 1.5 ਕਿਲੋ ਦੁੱਧ ਇੱਕ ਟਾਈਮ ਹੁੰਦਾ ਨਾ 3 ਹੋ ਗਿਆ ਲੀਟਰ ਠੀਕ ਆ ਉਹ ਤਾਂ ਬੱਕਰੀਆਂ ਤਾਂ ਮੈਂ ਵੇਚਦੀ ਵੀ ਨਹੀਂ ਬੱਕਰੀਆਂ ਨਹੀਂ ਵੇਚਦੀ ਹੈ ਮੈਂ ਤਾਂ ਉਹ ਫਿਰ ਦੁੱਧ ਦਾ ਔਖਾ ਹੋ ਜੂ ਨਾ ਫਿਰ ਮੇਵਣੇ ਹੀ ਵੇਚਿਆ ਫਿਰ ਬੱਚੇ ਹੀ ਵੇਚਿਆ ਬੱਚੇ ਠੀਕ ਆ ਕਿੱਡੇ ਕਿੱਡੇ ਉਹ ਬੱਕਰੇ ਹੋ ਗਏ ਵੱਡੀਆਂ ਹੋ ਗਏ ਤਾਂ ਫਿਰ ਬੱਕਰੀਆਂ ਨਾ ਨਾ ਇੰਨੀਆਂ ਵੱਡੀਆਂ ਨਹੀਂ ਅੱਡੇ ਵੱਡੀਆਂ ਨਹੀਂ ਹੈਗੀਆਂ ਲੋ ਜੀ ਦੇਖ ਸਕਦੇ ਹੋ ਬੇਬੇ ਕਹਿੰਦੀ 6 ਲੀਟਰ ਦੁੱਧ ਆ ਬੱਕਰੀ ਥੱਲੇ ਹੋਰ ਕੀ ਪਾਉਣੇ ਬੇਬੇ ਜਿਹੜਾ ਕੁਛ ਆਉਂਦਾ ਪਾ ਦਿੰਦੇ ਆ ਅੱਛਾ ਮੱਕੀ ਮੁੱਕੀ ਕੋਈ ਸਭ ਕੁਛ ਹੀ ਪਾਉਨੇ ਆ ਸਭ ਕੁਛ ਹੀ ਪਾਉਨੇ ਆ ਫੇਰ ਦਿੰਦੀ ਆ ਨਾ ਦੁੱਧ ਆਇਆ ਤਾਂ ਫਿਰ ਦੁੱਧ ਵੀ ਨਹੀਂ ਦਿੰਦੀ ਹੈਗੀ ਦੁਬਾਰੇ ਚਾਰਾ ਲਾ ਕੇ ਕਿੱਥੇ ਹਾਂ ਬੇਬੇ ਲੇਟੀ ਦੜਾ ਕੇ ਪਾਉਨੀ ਆ ਰੰਨ ਕੇ ਪਾਉਨੀ ਆ ਉਹਦੇ ਚ ਸ਼ੱਕਰ ਵੀ ਪਾਉਨੀ ਆ ਅੱਛਾ ਫੇਰ ਵੀ ਦੁੱਧ ਦੇਉ ਐਵੇਂ ਤਾਂ ਫਿਰ ਸਿੰਘਾ ਵਿੱਚ ਇਹ ਦੁੱਧ ਦੇ ਜਾ ਪਾਵਾਂਗੇ ਨਹੀਂ ਆਪਾਂ ਸਹੀ ਗੱਲ ਆ ਬੇਬੇ ਫੇਰ ਆ ਡਾਣੀ ਲੱਪੇ ਵੀ ਮੈਂ ਲਿਆਉਣੀ ਆ ਲਿਆਉਣੀ ਆ ਠੀਕ ਆ ਫੇਰ ਹੀ ਜਾਉ ਉਮਰ ਕਿੰਨੀ ਹੋ ਗਈ ਬੇਬੇ ਕੀ ਸੀ ਤੇਰੀ ਬੇਬੇ
औखा तो नहीं हुंदा कोई सामना बाहर अंदर बच्ची बेचो गले बकरी नहीं बेच दे ठीक है जी देख सकते हो ठीक है बेबे फिर ना धन्यवाद चलो जी अगे चल जाएंगे।